ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨ ਸਾਡੇ ਚੈਨਲ ਤੇ ਦੇਖਣ ਨੂੰ ਮਿਲਣ ਸਾਡੀ ਇੰਸਟਾਗ੍ਰਾਮ ਆਈਡੀ ਹੈਗੀ 1408717 ਆ ਜੋ ਫਿਰ ਦਿਖਾਈਏ ਨਵੇਂ-ਨਵੇਂ ਡਿਜ਼ਾਈਨਰ ਸੂਟ ਜੀ ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ उम्मीद करते तो ठीक ठाक हो अभी भी ठीक ठाक हाँ जी लो जी अब जो आप सूट सिलाई किए हैं है ना वो तो ना लग, शेयर कर दें भी किदा किमें कपड़े ने है ना कि सिलाई की किमें कि डिजायन किए है अपने को पाँच छः सूट ने बाकी सिंपल सूट मैं रखते बिल्कुल सिंपल सिंपलते गे वो अपने रख दते देखो यूट जोड़ा है औरगंजा का सूट है जी शर्ट जी है औरगंजा दगी और है देखो कि सोहना वर्क हो ਸਲਵਾਰ ਜਿਹੜੀ ਹੈਗੀ ਜੀ ਇਹਦੀ ਮਸਲੀਨ कॉटन ਦੀ ਔਰ ਗੰਜਾ ਦਾ ਜਿਹੜਾ ਹੈਗਾ ਕਮੀਜ਼ ਹੈਗਾ ਆ ਦੇਖੋ ਇਹ ਵਾਲਾ ਗਲੇ ਤੇ ਵਰਕ ਹੈਗਾ ਆ ਤੇ ਇਹ ਵਾਲਾ ਜਿਹੜਾ ਹੈਗਾ ਬਾਜੂ ਤੇ ਵਰਕ ਇਹ ਵਾਲਾ ਜਿਹੜਾ ਹੈਗਾ ਜੀ ਸਲਵਾਰ ਤੇ ਵਰਕ ਇਹਦੀ ਮੂਰੀ ਆਪਾਂ ਨੇ نیچے ਰੱਖੀ ਐ ਕਢਾਈ ਉੱਪਰ ਰੱਖੀ ਐ ਕਿਉਂਕਿ ਸਟੇਟ ਹੀ ਸਲਵਾਰ ਹੈ ਮੂਰੀ ਆਪਾਂ ਨੇ ਬਿਲਕੁਲ ਪਤਲੀ ਰੱਖੀ ਐ ਇਹਦੀ ਤੇ ਵੈਸੇ ਪੱਟ ਪਾਏ ਹੋਏ ਆ ਸਲਵਾਰ ਦੇ ਆ ਦੇਖੋ ਇਹ ਵਾਲਾ ਜਿਹੜਾ ਕਮੀਜ਼ ਹੈ ਜੀ ਔਰਗੰజా ਦਾ ਇਹਦੇ ਵਿੱਚ ਆਪਾਂ ਨੇ ਲਾਇਆ ਹੈ ਵਿੱਚ ਜਿਹੜਾ ਹੈਗਾ ਬਾਟਮ ਨਾਲ ਦਾ ਕੱਪੜਾ ਸਲਵਾਰ ਨਾਲ ਦਾ ਕੱਪੜਾ ਲਾਇਆ ਹੈ ਮਸਲੀਨ कॉटन ਦਾ ਕੱਪੜਾ ਲਾਇਆ ਹੈ ਕਿਉਂਕਿ ਇਹਦੇ ਵਿੱਚ ਜੇ ਆਪਾਂ ਸਿੰਪਲ ਲਾਈਨਿੰਗ ਲਾਉਣੇ ਆ ਤਾਂ ਇਹ ਪਤਲਾ ਹੁੰਦਾ ਹੈ ਜਿਹੜਾ ਹੈਗਾ ਅਸੀਂ ਜੋਰ ਜੱਟ ਦੇ ਵਿੱਚ ਵੀ ਸਿੰਪਲ ਲਾਈਨਿੰਗ ਨਹੀਂ ਲਾਉਂਦੀ ਜਾਂ ਤੁਸੀਂ ਇਹਦੇ ਵਿੱਚ ਟਾਫਟਾ ਡਾਈ ਕਰਾ ਕੇ ਲਾਓ ਕਿਉਂਕਿ ਇਹ ਪਤਲਾ ਹੁੰਦਾ ਹੈ ਇਹਦੇ ਵਿੱਚ ਜਿਹੜਾ ਹੈਗਾ ਸਿੰਪਲ ਲਾਈਨਿੰਗ ਨਹੀਂ ਚੱਲਦੀ ਇਦੇ ਵਿੱਚ ਜੇ ਟਾਪਟਾ ਲੱਗੂਗਾ ਜਾਂ ਮਸਲੀਨ ਲੱਗੂਗਾ ਦੇਖੋ ਜੀ ਬਿਲਕੁਲ ਆ ਦੇਖੋ نیچے ਦਿਖਾਉਣੀ ਐ ਮੈਂ ਤੁਹਾਨੂੰ ਪਤਲਾ ਉੱਪਰ ਦੇਖੋ ਵਧੀਆ ਗਾੜਾ ਹੋ ਗਿਆ ਕਿਉਂਕਿ ਇਹ ਮਸਲੀਨ ਜਿਹੜੀ ਹੁੰਦੀ ਹੈ ਜੀ ਕੋਟਨ ਮਸਲੀਨ ਇਹ ਗਰਮੀਆਂ ਦੇ ਵਿੱਚ ਵੀ ਜਿਹੜਾ ਹੈਗਾ ਠੰਡਾ ਹੁੰਦਾ ਆ ਠੰਡਾ ਰਹਿੰਦਾ ਗਰਮੀਆਂ ਦੇ ਵਿੱਚ ਵੀ ਜਿਹੜਾ ਅਗਲਾ ਸੂਟ ਹੈਗਾ ਜੀ ਆਪਣੇ ਕੋਲ ਇਹ ਵੀ ਸਿੰਪਲ ਹੈ ਇਹਦੇ ਜਿਹੜੀ ਹੈਗੀ ਆਪਾਂ ਨੇ ਪਾਈਪਿੰਨ ਲਾਈਆ ਕੱਲੀ ਪਾਈਪਿੰਨ ਕੱਢੀ ਆ ਦੇਖੋ ਇਹ ਵਾਲੀ ਪਾਈਪਿੰਨ ਗਲੇ ਤੇ ਮੈਂ ਨੇੜੇ ਲਾ ਕੇ ਕੈਮਰਾ ਦਿਖਾਉਣੀ ਆ ਕਿਉਂਕਿ ਇਹਦੇ ਵਿੱਚ ਗ੍ਰੀਨ ਜਿਹਾ ਹੈਗਾ ਉਹਨੂੰ ਆਪਾਂ ਨੇ ਥੋੜਾ ਜਿਹਾ ਹਾਈਲਾਈਟ ਕੀਤਾ ਆ ਆ ਦੇਖੋ ਇਹ ਜਿਹੜੀ ਹੈਗੀ ਬਾਹਮਾ ਤੇ ਕੱਢਤੀ ਆਪਾਂ ਨੇ ਤੇ ਔਰ ਚਾਕਾਂ ਤੇ ਆ ਦੇਖੋ ਜੀ ਇਹ ਵਾਲੀ ਚਾਕਾਂ ਤੇ ਕੱਢੀ ਹੋਈ ਬਿਲਕੁਲ ਪਤਲੀ-ਪਤਲੀ ਕੱਢੀ ਹੈ ਬਹੁਤ ਜ਼ਿਆਦਾ ਜਿਹੜੀ ਹੈਗੀ ਸਫਾਈ ਨਾਲ ਲੱਗਦੀ ਹੈ ਵਾਲੀ ਪਾਈਪਿੰਨ ਜਿਹੜੇ ਹੈਗੇ ਨੇ ਸੂਟ ਮੇਰੇ ਖੁਦ ਦੇ ਸਲਾਈ ਕੀਤੇ ਹੋਏ ਨੇ ਜੀ ਅਸੀਂ ਜਿਹੜਾ ਹੈਗਾ ਕਾਰੀਗਰਾਂ ਤੋਂ ਸਲਵਾਰ ਹੀ ਕਰਵਾਉਨੇ ਆ ਸੂਟ ਜਿਹੜੇ ਹੈਗੇ ਨੇ ਸ਼ਰਟਾਂ ਮੈਂ ਆਪ ਕਰਦੀ ਆ ਜਾਂ ਤਰਪਾਈਆਂ ਵਗੈਰਾ ਕਰਾ ਲੈਨੇ ਆ ਬਾਜੂ ਤੇ ਵੀ ਕੀਤਾ ਹੈ ਹਾਫ ਬਾਜੂ ਹੈ ਤੇ ਗਲੇ ਤੇ ਪਾਈਪਿੰਨ ਲਾਈ ਹੈ ਸਿੰਪਲ ਜਿਹਾ ਰੱਖਿਆ ਆਪਾਂ ਨੇ ਸੂਟ ਨੂੰ ਇਹ ਇਹਦੀ ਸਲਵਾਰ ਹੈਗੀ ਬਿਲਕੁਲ ਸਿੰਪਲ ਜੀ ਇਹ ਸੂਟਾਂ ਤੇ ਮੈਂ ਹੁਣੇ ਜਿਹੜਾ ਹੈਗਾ ਪ੍ਰੈਸ ਕੀਤੀ ਹੈ ਜੀ ਕਿਉਂਕਿ ਇਹ ਸੂਟ ਤੜਕੇ ਨੂੰ ਚਾਹੀਦਾ ਹੈ ਕਿਸੇ ਟੀਚਰ ਦਾ ਸੂਟ ਹੈ ਉਹਨਾਂ ਨੇ ਜਿਹੜਾ ਹੈਗਾ ਤੀਆਂ ਤੇ ਸਕੂਲ ਦੇ ਵਿੱਚ ਤੀਆਂ ਦਾ ਫੰਕਸ਼ਨ ਹੈ ਉੱਥੇ ਉਹਨਾਂ ਨੇ ਪਾਉਣਾ ਹੈ ਉਹਨਾਂ ਨੇ ਹੁਣ ਲੈਣ ਆਉਣਾ ਹੈ ਦੇਖੋ ਜੀ ਜਿਹੜਾ ਅਗਲਾ ਵਾਲਾ ਸੂਟ ਹੈ ਇਹ ਵਾਲੀ ਹੈ ਆਪਣੀ ਹੈਗੀ ਦੋ ਕਲੀਆਂ ਵਾਲੀ ਫਰਾਕ ਆ ਦੇਖੋ ਆਪਾਂ ਨੇ ਇਹਦੀ ਕਟਾਈ ਵੀ ਮੇਰੇ ਚੈਨਲ ਤੇ ਪਾਈ ਹੋਈ ਆ ਸਾਡੀ ਤੇ ਸਲਾਈ ਵੀ ਪਾਈ ਹੋਈ ਆ ਜੇ ਕਿਸੇ ਨੇ ਨਹੀਂ ਦੇਖੀ ਤਾਂ ਦੇਖ ਸਕਦਾ ਆ ਦੇਖੋ ਬਿਲਕੁਲ ਜਿਹੜੀ ਹੈਗੀ ਸਿੰਪਲ ਜੀ ਸਲਵਾਰ ਸੌਰੀ ਫਰਾਕ ਹੈ ਲਾਈਟ ਵੇਟ ਬਿਲਕੁਲ ਜਿਹੜੀ ਬਾਹ ਇਹਦੀ ਕਰੀ ਆ ਆਪਾਂ ਨੇ ਦੇਖੋ ਜੀ ਗੜਬਾ ਬਾਹ ਕਰੀ ਐ ਇਹਨੂੰ ਗੜਬਾ ਬਾਹ ਕਹਿੰਦੇ ਤੇ ਹੁਣ ਫੋਲਡਿੰਗ ਕਹਿ ਦਿੰਦੇ ਆ ਤੇ ਮੂਰੇ ਆਪਾਂ ਨੇ ਪੱਟੀ ਲਾ ਕੇ ਕਰੀ ਏ ਉੱਪਰ ਵੀ ਬਲ ਪਾਏ ਨੇ ਆਪਾਂ ਨੇ ਮੋਢੇ ਦੇ ਉੱਪਰ ਦੇਖੋ ਬਲ ਪਾਏ ਨੇ ਇੱਥੇ ਵੀ ਸਾਰੇ ਬਲ ਪਾਏ ਹੋਏ ਨੇ ਜੇ ਤੁਸੀਂ ਇਹਦੀ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਇਹ ਵੀ ਆਪਣੇ ਚੈਨਲ ਤੇ ਗੜਬਾ ਵਾਹਦੀ ਕਿਦਾਂ ਤੁਸੀਂ ਬਲ ਪਾਉਣੇ ਆ ਕਿਦਾ ਕਿੰਨਾ ਕੱਪੜਾ ਲੈਣਾ ਆ ਉਹਦੇ ਵੀ ਵੀਡੀਓ ਆਪਣੇ ਚੈਨਲ ਤੇ ਦਿੱਤੀ ਹੋਈ ਹੈ ਕਲੀਆਂ ਵਾਲੀ ਫਰਾਕ ਦੀ ਵੀ ਦਿੱਤੀ ਹੋਈ ਹੈ ਇਹਦੇ ਉੱਤੇ ਬਾਰਡਰ ਸੀਗਾ ਆਪਾਂ ਨੇ ਬਾਹਵਾਂ ਤੇ ਲਾਤਾ ਬਾਰਡਰ ਤੇ ਜਿਹੜਾ ਹੈਗਾ ਗਲੇ ਤੇ ਪੱਟੀ ਲਾਤੀ ਜੇ ਆਪਾਂ نیچے ਲਾਉਂਦੇ ਤੇ ਜੀ ਤਾਂ ਜ਼ਿਆਦਾ ਚਾਹੀਦਾ ਤੀ ਕਿਉਂਕਿ 3 ਕਿ ਮੀਟਰ ਕੱਪੜਾ ਤੀ 3 ਕਿ ਮੀਟਰੀ ਜਿਹੜਾ ਹੈਗਾ ਬਾਰਡਰ ਸੀਗਾ ਇਹ ਬਾਕੀ ਆਪਾਂ ਨੇ ਇਹਦੀ ਸਲਵਾਰ ਤੇ ਲਾਤਾ ਆ ਦੇਖੋ ਇੰਨਾ ਜ਼ਿਆਦਾ ਸੋਹਣਾ ਲੱਗਦਾ ਸਲਵਾਰ ਬਣੀ ਹੋਈ ਦੇਖੋ ਜਿਹੜੀ ਹੈਗੀ ਪਠਾਨੀ ਸਲਵਾਰ ਬਣਾਈ ਆਪਾਂ ਨੇ ਇਹਦੀ ਆ ਦੇਖੋ ਬਾਡਰ نیچے ਲਾ ਕੇ ਬਲ ਪਾ ਕੇ ਬਣਾਈ ਹੈ ਪਠਾਨੀ ਸਲਵਾਰ ਦੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਉਹ ਵੀ ਆਪਣੇ ਚੈਨਲ ਤੇ ਦਿੱਤੀ ਹੋਈ ਹੈ ਜੀ ਆ ਦੇਖੋ ਇਹਦੇ ਬਾਲ ਜਿਹੜੇ ਹੈਗੇ ਨੇ ਮੂਰੇ ਮੂਰੇ ਪਾਏ ਹੋਏ ਆ ਬਹੁਤ ਜਿਆਦੇ ਸੋਹਣੀ ਜਿਹੜੀ ਹੈਗੀ ਸਲਵਾਰ ਇਹਦੇ ਬਾਲ ਮੂਰੇ ਮੂਰੇ ਪੈਂਦੇ ਆ ਇਹ ਬਾਲ ਵੀ ਆਪਣੇ ਅੰਦਰ ਨੂੰ ਪਾਏ ਹੋਏ ਆ ਜਿੱਦਾਂ ਕਿ ਸਲਵਾਰ ਦੇ ਬਾਲ ਅੰਦਰ ਨੂੰ ਪੈਂਦੇ ਆ ਉਦਾਂ ਹੀ ਇਹਦੇ ਬਾਲ ਅੰਦਰ ਨੂੰ ਪੈਂਦੇ ਆ ਪਠਾਨੀ ਸਲਵਾਰ ਇਹਦੇ ਨਾਲ ਬਹੁਤ ਜਿਆਦੇ ਸੋਹਣੀ ਲੱਗੂ ਇਹ ਵਾਲੀ ਫਰਾਕ ਨਾ ਦੋ ਕਲੀਆਂ ਵਾਲੀ ਫਰਾਕ ਹੈ ਜੀ ਬਿਲਕੁਲ ਨਾ ਲਾਈਟ ਵੇਟ ਜੀ ਜਿੱਦਾਂ ਕਿ ਬਣਾਂ ਵਾਲੀ ਫਰਾਕ ਥੋੜੀ ਜੀ ਭਾਰੀ ਹੋ ਜਾਂਦੀ ਹੈ ਵਿੱਚ ਮੇਰੇ ਭੈਣਾਂ ਕਹਿੰਦੀਆਂ ਨੇ ਕਿ ਭਾਰੀ ਜਿਆਦਾ ਫਰਾਕ ਗਰਮੀ ਦੇ ਵਿੱਚ ਨਹੀਂ ਪਾਈ ਜਾਂਦੀ ਬਿਲਕੁਲ ਜਿਹੜਾ ਲਾਈਟ ਵੇਟ ਕੱਪੜਾ ਹੈਗਾ ਲਾਈਟ ਵੇਟ ਹੀ ਹੈਗੀ ਜਿਹੜੀ ਫਰਾਕ ਹੈਗੀ ਹੈ ਜੀ ਇਹਦੀ ਲੈਂਥ ਜਿਹੜੀ ਹੈਗੀ ਆਪਾਂ ਨੇ 42 43 ਇੰਚ ਤਿਆਰ ਕਰੀਏ ਜੀ ਲਓ ਜੀ ਅਗਲਾ ਆਪਣਾ ਸੂਟ ਹੈਗਾ ਇਹ ਵਾਲੀ ਸਿੰਪਲ ਸਲਵਾਰ ਇਹਨਾਂ ਦੀ ਨਾ ਜਿਆਦਾ ਭਾਰੀ ਤੇ ਨਾ ਜਿਆਦਾ ਹੌਲੀ ਮੀਡੀਅਮ ਸਾਈਜ਼ ਦੀ ਤੇ ਜਿਹੜੀ ਸ਼ਰਟ ਹੈਗੀ ਇਹਨਾਂ ਦੀ ਇਹ ਵੀ ਆਪਣੀ ਦੁਕਾਨ ਤੋਂ ਜਿਹੜਾ ਹੈਗਾ ਸੇਲ ਹੋਇਆ ਹੋਇਆ ਸੂਟ ਹੈਗਾ ਆ ਆ ਦੇਖੋ ਸ਼ਰਟ ਜਿਹੜੀ ਹੈਗੀ ਇਹਦੀ ਆਪਾਂ ਇਸ ਤਰ੍ਹਾਂ ਬਣਾਈ ਐ ਇਸ ਤਰ੍ਹਾਂ ਜਿਹੜੀ ਹੈਗੀ ਇਹਦੀ ਸ਼ਰਟ ਬਣਾਈ ਐ ਤਿੰਨ ਲੈਸਾਂ ਨਾਲ ਆਪਾਂ ਨੇ ਡੈਕੋਰੇਟ ਕੀਤਾ ਨੀਚੇ ਪੱਖੀ ਵਾਲੀ ਲੇਸ ਲਾਈ ਐ ਇਹ ਵਾਲੀ ਲੇਸ ਜਿਹੜੀ ਹੈਗੀ ਕਟਿੰਗ ਕਰਕੇ ਲਾਈ ਹੈ ਇਹ ਆਪਾਂ ਨੇ ਦੱਬ ਕੇ ਲਾਈ ਹੈ ਉੱਪਰ ਇਹ ਵਾਲੀ ਲੇਸ ਲਾਈ ਹੈ ਜੇ ਤੁਸੀਂ ਇਹਦੀ ਵੀ ਵੀਡੀਓ ਸਾਡੇ ਦੇਖਣਾ ਚਾਹੁੰਦੇ ਹੋ ਵੀ ਕਿੱਦਾਂ ਲੈਸਾ ਪਾ ਕੇ ਬਣਾਉਣੀਆਂ ਨੇ ਇਹ ਵੀ ਆਪਣੇ ਚੈਨਲ ਤੇ ਸਾਰੀਆਂ ਵੀਡੀਓ ਦਿੱਤੀਆਂ ਹੋਈਆਂ ਨੇ ਵੀ ਤੁਸੀਂ ਕਿੱਦਾਂ ਆਪਦੇ ਸੂਟਾਂ ਨੂੰ ਜਿਹੜਾ ਹੈਗਾ ਡੈਕੋਰੇਟ ਕਰ ਸਕਦੇ ਹੋ ਦੇਖੋ ਬਾਹਮਾ ਤੇ ਆਪਾਂ ਨੇ ਇਹ ਵਾਲੀ ਸਿੰਪਲ ਲੇਸ ਲਾਈ ਹੈ ਔਰ ਗਲੇ ਤੇ ਵੀ ਦੇਖੋ ਕਿੰਨਾ ਜਿਆਦਾ ਵਧੀਆ ਲੱਗਦਾ ਨਾਲੇ ਸਿੰਪਲ ਜਿਹਾ ਸੂਟ ਹੈ ਜਿਹੜਾ ਹੈਗਾ ਸਿੰਪਲ ਜੀ ਜਿਹੜੀ ਹੈਗੀ ਇਹਦੀ ਦੇਖੋ ਬਹੁਤ ਵਧੀਆ ਲੱਗਦਾ ਹੈ ਸਿੰਪਲ ਜਿਹਾ ਸੂਟ ਹੈਗਾ ਜਿਵੇਂ ਮਰਜ਼ੀ ਆਪਾਂ ਬਾਹਰ ਅੰਦਰ ਜਿਹੜਾ ਹੈਗਾ ਪਾ ਸਕਦੇ ਆ ਕਈ ਵਾਰੀ ਮੇਰੇ ਭੈਣਾਂ ਤੋਂ ਸਿੰਥੈਟਿਕ ਕੱਪੜਾ ਜਿਹੜਾ ਹੈਗਾ ਨਹੀਂ ਪੈਂਦਾ ਜੀ ਬਾਹਰ ਇਹ ਬਿਲਕੁਲ ਜਿਹੜੇ ਹੈਗੇ ਨੇ ਕਾਟਨ ਦੇ ਸੂਟ ਹੈਗੇ ਆ ਲਓ ਜੀ ਅਗਲਾ ਵਾਲਾ ਸੂਟ ਹੈਗਾ ਆਪਣਾ ਲਵੰਡਰ ਕਲਰ ਦਾ ਲਾਈਟ ਪਰਪਲ ਜਿਹਾ ਵਿੱਚ ਡਾਰਕ ਪਰਪਲ ਹੈ ਆ ਦੇਖੋ ਇਹ ਵਾਲਾ ਸੂਟ ਹੈ ਅਗਲਾ ਆਪਣਾ ਕਿਉਂਕਿ ਸੂਟ ਮੈਂ ਆਪਦੇ ਦੁਕਾਨ ਤੇ ਆਪ ਹੀ ਡਿਜ਼ਾਈਨ ਕੀਤੇ ਆ ਉਹਨਾਂ ਨੇ ਕਿਹਾ ਸੀ ਹੈ ਜਿੱਦਾਂ ਮਰਜ਼ੀ ਬਣਾ ਦਿਓ ਸਿੰਪਲ ਜਿਹਾ ਡਿਜ਼ਾਈਨ ਬਣਾ ਦਿਓ ਸੂਟਾਂ ਦੇ ਉੱਪਰ ਆ ਦੇਖੋ ਇਹ ਵੀ ਮੇਰੀ ਜਿਹੜੀ ਹੈਗੇ ਲੈਸ ਕਟਿੰਗ ਕਰਕੇ ਪਾਈ ਹੋਈ ਹੈ ਨੀਚੇ ਵੀ ਆਪਾਂ ਨੇ ਫੁੱਲਾਂ ਵਾਲੀ ਲੈਸ ਲਾਈ ਹੈ ਇਹ ਵਾਲੀ ਵੀ ਫੁੱਲਾਂ ਵਾਲੀ ਲਾਈ ਹੈ ਕਿਉਂਕਿ ਇਹ ਘਰੇ ਪਾਉਣ ਵਾਲੇ ਸੂਟ ਨੇ ਜੀ ਤੇ ਬਿਲਕੁਲ ਹੌਲੇ ਜਿਹੇ ਸੂਟ ਨੇ ਇਹਨਾਂ ਤੇ ਉੱਤੇ ਜ਼ਿਆਦਾ ਹੈਵੀ ਜੀਆਂ ਲੈਸਾਂ ਵੀ ਵਧੀਆ ਨਹੀਂ ਲੱਗਦੀਆਂ ਹੈਗੀਆਂ ਬਿਲਕੁਲ ਜਿਹੜੀਆਂ ਹੈਗੀਆਂ ਸਿੰਪਲ ਜੀਆਂ ਲੈਸਾਂ ਲਾਈਆਂ ਨੇ ਆਪਾਂ ਨੇ ਆ ਆ ਦੇਖੋ ਗਲਾ ਜਿਹੜਾ ਹੈਗਾ ਇਸ ਤਰ੍ਹਾਂ ਗਲੇ ਤੇ ਆਪਾਂ ਨੇ ਫੁੱਲਾ ਵਾਲੀ ਲੇਸ ਉੱਪਰ ਧਰ ਕੇ ਲਾਤੀ ਜਿਹੜੇ ਹੈਗੇ ਬਾਹਮਾਂ ਤੇ ਵੀ ਆਪਾਂ ਨੇ ਫੁੱਲਾ ਵਾਲੀ ਲੇਸ ਲਾਤੀ ਸਲਵਾਰ ਜਿਹੜੀ ਹੈਗੀ ਇਹਦੀ ਬਿਲਕੁਲ ਸਿੰਪਲ ਹੈ ਜੀ ਨਾ ਜ਼ਿਆਦਾ ਹੈਵੀ ਤੇ ਨਾ ਜ਼ਿਆਦਾ ਹਲਕੀ ਇਹ ਜਿਹੜੇ ਹੈਗੇ ਨੇ ਇਹ ਜੇ ਇਹ ਵੀ ਸੂਟ ਆਪਣੀ ਦੁਕਾਨ ਤੋਂ ਸੇਲ ਹੋਇਆ ਲਵੰਡਰ ਕਲਰ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਟ੍ਰੈਂਡ ਹੈ ਜੀ ਜਿਹੜਾ ਹੈਗਾ ਜਿੰਨਾ ਕ ਕੱਪੜਾ ਆਪਣੇ ਕੋਲੇ ਲਵੰਡਰ ਕਲਰ ਦੇ ਵਿੱਚ ਆ ਰਹੇ ਆ ਬਹੁਤ ਜਲਦੀ ਜਿਹੜਾ ਹੈਗਾ ਸੇਲ ਹੋ ਰਿਹਾ ਬਹੁਤ ਜਲਦੀ ਕਿਉਂਕਿ ਲਵੰਡਰ ਕਲਰ ਇੰਨਾ ਕਾ ਜ਼ਿਆਦੇ बिक रहे ਹੈ ਪੂਰਾ ਨਹੀਂ ਹੋ ਰਿਹਾ ਜਿੰਨੇ ਅਸੀਂ ਥਾਨਾ ਦੇ ਵਿੱਚੋਂ ਇਹਦੇ ਨਾਲ ਦੇ ਵੀ ਘਟੋ ਘਟਾ ਸੀ ਕੋਈ 10 15 ਸੂਟ ਇੱਕ ਡਿਜ਼ਾਈਨ ਦੇ ਵੇਚ ਚੁੱਕੇ ਆ ਸੇਲ ਕਰ ਚੁੱਕੇ ਆ ਇਹਦੇ ਨਾਲ ਦੇ ਇਹ ਵਾਲਾ ਵੀ ਮਹਿੰਦੀ ਰੰਗ ਵੀ ਬਹੁਤ ਜ਼ਿਆਦਾ ਸੇਲ ਹੁੰਦਾ ਤੇ ਇਹ ਵਾਲਾ ਇਹ ਵਾਲਾ ਕਲਰ ਵੀ ਬਹੁਤ ਜ਼ਿਆਦੇ ਜਿਹੜੇ ਹੈਗੇ ਨੇ ਇਹ ਕਲਰ बिक रहे ਨੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾ ਕੇ ਵਧੀਆ ਥੋੜਾ ਜਾ ਹੌਸਲਾ ਜਾ ਮਿਲ ਜਾਂਦਾ ਜਦੋਂ ਤੁਸੀਂ ਲਾਈਕ ਕਮੈਂਟ ਕਰ ਦਿੰਨੇ ਹੋਣਾ ਇੰਨੇ ਨੇ ਸੋਹਣੇ ਕਮੈਂਟ ਕਰਦੀਆਂ ਨੇ ਮੇਰੀਆਂ ਭੈਣਾ ਤੇ ਸਾਡੀ ਇੰਸਟਾਗ੍ਰam ਆਈਡੀ ਹੈਗੀ ਕੌਰ ਸੰਧੂ 8717 ਜੀ ਉਤੇ ਵੀ ਜਿਹੜੇ ਹੈਗੇ ਤੁਸੀਂ ਸਾਡੇ ਡਿਜ਼ਾਈਨਰ ਸੂਟ ਦੇਖ ਸਕਦੇ ਹੋ ਆਪਣੀ ਜਿਹੜੀ ਇੰਸਟਾਗ੍ਰam ਆਈਡੀ ਹੈਗੀ ਕੌਰ ਸੰਧੂ 8717 ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ